ਕਪਤਾਨ ਜਸਵੀਰ ਸਿੰਘ ਜੀ ਘੁੱਗੀ ਉਹਨਾਂ ਨੂੰ ਪੁੱਛਦੇ ਹਾਂ ਕਿ 24-25-26 ਤਰੀਕ ਨੂੰ ਜਿਹੜਾ ਟੂਰਨਾਮੈਂਟ ਹੋ ਰਿਹਾ ਇਹਦੇ ਵਿੱਚ ਕੀ ਹੋ ਰਿਹਾ? ਹਾਂਜੀ, ਇਹਦੇ ਵਿੱਚ ਕਬੱਡੀ 65 ਕਿੱਲੋ, 66 ਕਿੱਲੋ ਅਤੇ ਨਰੋਲ ਪੈਂਟ ਕਬੱਡੀ, ਅਤੇ ਬਾਕੀ 26 ਤਰੀਕ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ 8 ਟੀਮਾਂ ਭਾਗ ਲਈਆਂ ਲੈ ਰਹੀਆਂ ਹਨ, ਜਿਹਨਾਂ ਵਿੱਚ ਬਹੁਤ ਹੀ ਤਕੜੀਆਂ ਟੀਮਾਂ ਜੋ ਅੱਜ ਕੱਲ੍ਹ ਦੇਖ ਹੀ ਰਹੇ ਸਾਰੇ ਦਰਸ਼ਕ, ਜਿਹਨਾਂ ਵਿੱਚ ਅਰਸ਼ ਚੋਲਾ ਅਤੇ ਉਹਨਾਂ ਦੀ ਟੀਮ, ਆਪਣੀ ਇਨਾਰੇ ਨਕੋਦਰ ਟੀਮ ਅਤੇ ਫਵਾੜਾ ਟੀਮ ਅਤੇ ਹੋਰ ਵੀ ਆਪਣੇ ਅਨੰਦਪੁਰ ਸਾਹਿਬ ਟੀਮ। ਇਹ ਟੂਰਨਾਮੈਂਟ ਕਿਹਨਾਂ ਵੱਲੋਂ ਕਰਾਇਆ ਜਾਂਦਾ? ਇਹ ਜੀ ਆਪਣੇ NRI ਦੇ ਮਦਦ ਦੇ ਨਾਲ, ਬਾਕੀ ਪੰਚਾਇਤ ਦੋਵਾਂ ਪੰਚਾਇਤਾਂ ਦੇ ਸਹਿਯੋਗ ਨਾਲ ਅਤੇ ਨਗਰ ਨਿਵਾਸੀਆਂ ਦੇ ਨਾਲ ਸਾਰੇ, ਇਹ ਆਪਣੇ ਫੁੱਟਬਾਲ ਗਰਾਊਂਡ ਸਟੇਡੀਅਮ ਜੋ ਕਿ ਤਕੀਏ ਦੇ ਲਾਗੇ ਹੈ, ਉੱਥੇ ਇਹ ਜਿੱਥੇ ਕਿ ਛਿੰਝ ਵੀ ਹੋ ਕੇ ਹਟੀ ਆ, ਇਹ ਆਪਣੇ ਬਾਬਾ ਕਾਨਦਾਸ ਸਪੋਰਟਸ ਕਲੱਬ ਵੱਲੋਂ ਹੋ ਰਿਹਾ, ਜੋ ਬਾਬਾ ਗਹਿਰਮਾ ਟੂਰਨਾਮੈਂਟ ਬਾਬੇ ਦੇ ਨਾਂ ਦੀ ਕਰਾ ਰਹੇ। ਹੋਰ ਜੀ ਅਸੀਂ ਐਕੀ ਸਪੈਸ਼ਲ ਤੌਰ 'ਤੇ ਆਪਣੇ ਹਰਿਆਣਾ ਵਰਸਿਸ ਪੰਜਾਬ ਦੀ ਲੜਕੀਆਂ ਦਾ ਸ਼ੋਅ ਮੈਚ ਕਰਾ ਰਹੇ ਹਾਂ, ਜਿਹੜਾ ਕਿ ਲੋਕਾਂ ਨੂੰ ਬਹੁਤ ਪਸੰਦ ਆਊਗਾ। ਸਾਡੀ ਕਲੱਬ ਵੱਲੋਂ ਇਹੀ ਅਪੀਲ ਆ ਵੀ ਵੱਧ ਤੋਂ ਵੱਧ ਟੂਰਨਾਮੈਂਟ ਦੇਖਣ ਆਓ ਅਤੇ ਰੌਣਕ ਵਧਾਓ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਮੈਂ ਆਪਣੇ ਵੱਲੋਂ ਵੀ, ਅਦਾਰਾ ਵਾਜੇ ਕੌਮ ਵੱਲੋਂ ਵੀ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਪਿਛਲੇ ਦਿਨੀ ਜਿਹੜੀ 2 ਦਿਨ ਮਤਲਬ ਉੱਥੇ ਛਿੰਝ ਹੋਈ ਆ, 13 ਤਰੀਕ ਨੂੰ ਫਿਰ 14 ਤਰੀਕ ਨੂੰ ਮੀਂਹ ਪੈਣ ਕਰਕੇ ਜਿਹੜਾ ਰੁਕ ਗਿਆ ਸੀ ਕੰਮ, ਅਤੇ 16 ਤਰੀਕ ਨੂੰ ਬਹੁਤ ਤਕੜੀ ਛਿੰਝ ਜਿਹੜੀ ਦੋਨਾਂ ਪੰਚਾਇਤਾਂ ਨੇ ਕਰਾਈ ਆ, ਅਤੇ ਉਹਦੇ ਵਿੱਚ ਵੀ ਆਪ ਜੀ ਨੇ ਬਹੁਤ ਸਹਿਯੋਗ ਦਿੱਤਾ। ਇਸੇ ਹੀ ਸਹਿਯੋਗ ਦੀ ਆਸ ਨਾਲ ਆਪ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਇਲਾਕਾ ਨਿਵਾਸੀਆਂ ਨੂੰ ਅਤੇ ਵਿਦੇਸ਼ਾਂ ਵਿੱਚ ਦੇਖਣ ਵਾਸਤੇ ਜਿਹੜਾ ਆਵਾਜ਼ ਕੌਮ TV 365 ਅਤੇ ਹੋਰ ਜਿਹੜੇ ਨਿੱਕਾ TV ਆ, ਉਹ ਜਿਹੜੇ ਆ ਇੰਟਰਨੈੱਟ 'ਤੇ ਜਿਹੜਾ ਵਰਲਡਵਾਈਡ ਯੂਟਿਊਬ ਅਤੇ ਫੇਸਬੁੱਕ 'ਤੇ ਪ੍ਰੋਗਰਾਮ ਦਿਖਾਇਆ ਜਾਵੇਗਾ। ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਸਾਡੀ ਆਉਣ ਵਾਲੀ ਪਨੀਰੀ ਆ, ਨੌਜਵਾਨ ਪੀੜ੍ਹੀ ਆ, ਉਹਨੂੰ ਵੱਧ ਤੋਂ ਵੱਧ ਸਪੋਰਟਸ ਦੇ ਨਾਲ ਜੋੜਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।